तारू जिगरे सिरक तई जल मन उठिया दरदाने ਹਾਜ਼ਰੀਆਂ ਭਰਦੇ ਹੋ ਆਪਣੀ ਜ਼ਿੰਦਗੀ ਦਾ ਹਿੱਸਾ ਜਿਹੜਾ
ਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਬਤੀਤ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹੋ। ਇਹੀ ਜਾਤੀਆਂ ਹੋਈਆਂ, ਇਹੀ ਜੂਨੀਆਂ ਹੋਈਆਂ ਕੌਮਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ ਜੋ ਆਪਣੇ ਕੌਮੀ ਇਤਿਹਾਸ ਪ੍ਰਤੀ ਕਿੰਨੇ ਸੰਜੀਦਾ ਹਨ। ਵਿਦਵਾਨਾਂ ਦਾ ਕਹਿਣਾ ਇਤਿਹਾਸ ਕੌਮੀ ਸ਼ਾਹਰਾਹ ਦੇ ਉੱਤੇ ਮੀਲ ਪੱਥਰ ਦਾ ਕੰਮ ਕਰਦਾ ਹੈ ਤੇ ਜਿਹੜੀਆਂ ਕੌਮਾਂ ਇਸ ਮੀਲ ਪੱਥਰ ਤੋਂ ਇਹ ਸ਼ਾਹੀ ਸ਼ਕਤ ਦੇ ਉੱਤੇ ਲੱਗੇ ਹੋਏ ਇਤਿਹਾਸ ਦੇ ਮੀਲ ਪੱਥਰ ਤੋਂ ਸੇਧ ਨਹੀਂ ਲੈਂਦੀਆਂ ਉਹ ਪਛੜ ਜਾਇਆ ਕਰਦੀਆਂ ਹਨ। ਆਪਣੇ ਇਸ ਕੌਮੀ ਇਤਿਹਾਸ ਦੇ ਰਾਹ ਤੋਂ ਆਪਣੇ ਇਸ ਕੌਮੀ ਇਤਿਹਾਸ ਦੇ ਮੀਲ ਪੱਥਰ ਤੋਂ ਜਾਣਕਾਰੀ ਲੈਣ ਵਾਸਤੇ ਉਤਸੁਕਤਾ ਦੇ ਨਾਲ ਸਤਿਗੁਰੂ ਦੇ ਮੁਬਾਰਕ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਧੰਨਤਾ ਦੇ ਯੋਗ ਹੋ। ਇੱਕ ਹਫ਼ਤੇ ਤੋਂ ਆਪ ਦੀ ਆਪੋ ਜੀਆਂ ਸੰਗਤਾਂ ਦੇ ਚਰਨਾਂ ਦੀ ਹਾਜ਼ਰੀ ਪੁਨੀਸ਼ਰ ਜਥਾ ਭਰ ਰਿਹਾ ਹੈ। ਅੱਜ ਅੰਤਰਾ ਦੀਵਾਨ ਵੀਕੈਂਡ ਦਾ ਆਪ ਜੀ ਦੇ ਗੁਰੂ ਘਰ ਦੇ ਵਿੱਚ ਹੈ, ਹਾਜ਼ਰੀ ਪ੍ਰਵਾਨ ਕਰਦੇ ਹੋਏ ਕੁਝ ਕਹਿਣ ਦੀ ਆਗਿਆ ਬਖਸ਼ੋ। ਫਤਿਹ ਦੇ ਰੂਪ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੇ ਪੱਤਰੇ ਸਿੱਖ ਇਤਿਹਾਸ ਦੇ ਖੂਨ ਨਾਲ ਲਿਖੇ ਹੋਏ। ਦੁਨੀਆਂ ਦਾ ਕੋਈ ਵੀ ਏਦਾਂ ਦਾ ਇਤਿਹਾਸ ਨਹੀਂ ਜਿਹੜਾ ਸਿੱਖਾਂ ਦਾ ਮੁਕਾਬਲਾ ਕਰਦਾ ਹੋਵੇ। ਇੱਕ ਸਿੱਖ ਕੌਮ ਹੈ ਜਿਹਨੇ ਥੋੜੇ ਜਿਹੇ ਸਮੇਂ ਅੰਦਰ ਦੁਨੀਆਂ ਦੇ ਵਿਸ਼ਾਲ ਧਰਮ ਦੇ ਇਤਿਹਾਸ ਦੇ ਉੱਤੇ ਆਪਣਾ ਧਾਵਾ ਬੋਲਿਆ ਤੇ ਆਪਣੀ ਹੱਦ ਨੂੰ ਬਰਕਰਾਰ ਰੱਖੇ, ਆਪਣੀ ਹੋਂਦ ਨੂੰ ਦੁਨੀਆਂ ਦੇ ਉੱਤੇ ਸਭ ਤੋਂ ਉਚੇਰਲੀ ਸਿਖਰ ਦੇ ਉੱਤੇ ਪਹੁੰਚਾ ਦਿੱਤਾ ਹੈ। ਮੈਂ ਉਸ ਇਤਿਹਾਸ ਦੇ ਪੱਤਰਿਆਂ ਵਿੱਚੋਂ ਇੱਕ ਪੱਤਰਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹੈ, ਜਿਹਨੂੰ ਸਿੱਖ ਰਾਜ ਦੇ ਅੰਤਰੇ ਪੱਤਰਿਆਂ ਦੇ ਨਾਲ ਕਹਿ ਕੇ ਯਾਦ ਕੀਤਾ ਜਾਂਦਾ ਹੈ। ਜੇ ਉਹ ਕਹਿ ਲਈਏ ਸਿੱਖਾਂ ਦੀ ਤੇ ਅੰਗਰੇਜ਼ਾਂ ਦੀ ਉਹ ਲੜਾਈ, ਜਿਸ ਲੜਾਈ ਨੇ ਇਸ ਗੱਲ ਦਾ ਨਿਰਣਾ ਕਰ ਦਿੱਤਾ ਕਿ ਹੁਣ ਇਸ ਪੰਜਾਬ ਦੇ ਸਿੱਖ ਵਾਰਸ ਨਹੀਂ ਰਹਿਣਗੇ, ਮੈਂ ਉਸ ਫੈਸਲਾ ਕੁੱਲ ਲੜਾਈ ਦਾ ਜ਼ਿਕਰ ਤੁਹਾਡੇ ਨਾਲ ਕਰਨ ਲੱਗਿਆ ਹੈ, ਜਿਹੜੀ ਸਾਨੂੰ ਸੰਦੇਸ਼ ਦੇਵੇਗੀ ਸਾਡੀ ਬਹਾਦਰੀ ਦਾ ਤੇ ਸਾਡੇ ਵਿੱਚ ਆਏ ਹੋਏ ਕਿਰਦਾਰਾਂ। ਕੌਮਾਂ ਉਹੀ ਜਿਉਂਦੀਆਂ ਹਨ ਜਿਹੜੀਆਂ ਆਪਣੇ ਇਤਿਹਾਸ ਦੇ ਉੱਤੋਂ ਸਿੱਖਿਆ ਲੈਂਦੀਆਂ, ਵਿਚਾਰਦੀਆਂ ਹਨ, ਵਿਚਾਰ ਗੋਸ਼ਟੀਆਂ ਦੇ ਰਾਹੀਂ ਆਪਣੇ ਇਤਿਹਾਸ ਦੀ ਪੜਚੋਲ ਕਰਦੀਆਂ। ਅਸੀਂ ਕਿੱਥੇ ਕਿੱਥੇ ਕੁਰਬਾਨੀਆਂ ਕੀਤੀਆਂ, ਬਹਾਦਰੀਆਂ ਕੀਤੀਆਂ, ਜਿਹਦੇ ਇਮਜ ਵਿੱਚ ਸਾਨੂੰ ਸਰਦਾਰ, ਸਾਨੂੰ ਬਾਦਸ਼ਾਹ ਕਹਿ ਕੇ ਨਿਵਾਜਿਆ ਗਿਆ। ਸਾਡੀਆਂ ਕਿੱਥੇ ਕਿੱਥੇ ਗਲਤੀਆਂ ਸਨ, ਜਿਹੜੀਆਂ ਗਲਤੀਆਂ ਕਰਕੇ ਸਾਡਾ ਕਾਇਮ ਕੀਤਾ ਹੋਇਆ ਇਹ ਹਜ਼ਾਰਾਂ ਮੀਲਾਂ ਵਰਗਾ ਦਾ ਰਾਜ ਜਿਹੜਾ ਸੀ ਕੁਝ ਹੀ ਦਿਨਾਂ ਦੇ ਵਿੱਚ ਮਲੀਆ ਮੇਟ ਹੋ ਗਿਆ, ਜਾਂ ਉਹ ਕਹਿ ਲਈਏ ਬਰਬਾਦ ਹੋ ਕੇ ਰਹਿ ਗਿਆ। ਉਹ ਕਿਹੜੀਆਂ ਗਲਤੀਆਂ ਸਨ, ਉਹਨਾਂ ਦੇ ਵਿੱਚੋਂ ਇੱਕ ਦਾਸਤਾਨ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ। ਸਿਰ ਕੌਮ ਦੇ ਆਲਾ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਚੜ੍ਹਾਈ ਕਰ ਗਿਆ ਸਰਦਾਰ ਹਰੀ ਸਿੰਘ ਨਲੂਏ ਵਰਗੇ। ਸਰਦਾਰ ਹਰੀ ਸਿੰਘ ਨਲੂਏ ਦਾ ਅਕਾਲ ਚਲਾਣਾ, ਅਕਾਲੀ ਬਾਬਾ ਫੂਲਾ ਸਿੰਘ ਦਾ ਅਕਾਲ ਚਲਾਣਾ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪਾ ਦਿੰਦਾ ਹੈ। ਦਿਨ ਰਾਤ ਰਾਜ ਦੇ ਸਾਰੇ ਕੰਮ ਕਾਜ ਮਹਾਰਾਜਾ ਰਣਜੀਤ ਸਿੰਘ ਨੂੰ ਇਕੱਲੇ ਨੂੰ ਨਿਪਟਾਉਣੇ ਪੈਂਦੇ ਨੇ। ਉਦੋਂ ਵਿਰੋਧੀਆਂ ਦੇ ਜਾਲਾਂ ਦਾ ਸ਼ਿਕਾਰ ਹੋ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਖੀਰ ਬਿਮਾਰ ਹੋ ਗਿਆ। ਬਿਮਾਰੀ ਇਸ ਹੱਦ ਤੱਕ ਪਹੁੰਚੀ ਮਹਾਰਾਜਾ ਰਣਜੀਤ ਸਿੰਘ ਮੰਜੇ ਦੇ ਉੱਤੇ ਪਿਆ, ਫਿਰ ਉੱਠ ਨਾ ਸਕਿਆ। ਅਖੀਰ ਮਹਾਰਾਜਾ ਰਣਜੀਤ ਸਿੰਘ 1843 ਈਸਵੀ ਨੂੰ ਇਸ ਸੰਸਾਰ ਫਾਨੀ ਨੂੰ ਸਭ ਸਦਾ ਵਾਸਤੇ ਅਲਵਿਦਾ ਕਹਿ ਗਏ। ਸਿੱਖ ਰਾਜ ਦੇ ਅੰਦਰ ਜਿਹੜੀ ਖਾਨਾ ਜੰਗੀ ਹੋਈ ਕਿਸੇ ਤੋਂ ਲੁਕੀ ਛੁੱਟੀ ਨਹੀਂ, ਜਾਗਦਾਰ ਹੈ ਆਪਣਿਆਂ ਦੇ ਹੱਥੋਂ ਆਪਣਿਆਂ ਦੇ ਕਤਲ ਦਿਲ ਵੀ ਨਹੀਂ ਹੋਣ ਲੱਗੇ। ਇਹ ਸ਼ਾਹੀ ਮਹੱਲ ਜਿਹੜੇ ਸਨ ਖੂਨੀ ਅਖਾੜਾ ਬਣ ਕੇ ਰਹਿ ਗਏ। ਸਮਾਂ ਆਪਣੀ ਚਾਲੇ ਚੱਲਦਾ ਗਿਆ, ਅਖੀਰ ਸਿੱਖ ਰਾਜ ਦਾ ਅੰਤਲਾ ਪਾਤਸ਼ਾਹ, ਸਿੱਖ ਰਾਜ ਦਾ ਆਖਰੀ ਪਾਤਸ਼ਾਹ ਬਣਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਸਪੁੱਤਰ ਕੰਵਰ ਦਲੀਪ ਸਿੰਘ। ਬਾਦਸ਼ਾਹ ਦਲੀਪ ਸਿੰਘ ਬਣਿਆ, ਇਹਦੀ ਸਰਬਰਾ ਬਣੀ, ਇਹਦੀ ਮੁਖਤਿਆਰ ਬਣੀ, ਇਹਦੀ ਮਾਂ ਜਿਹਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮਹਿਬੂਬਾ ਰਾਣੀ ਦਾ ਖਿਤਾਬ ਦਿੱਤਾ ਸੀ, ਜਿਹੜੀ ਪੁੱਤਰ ਨੂੰ ਜਨਮ ਦੇਣ ਕਰਕੇ ਮਹਾਰਾਣੀ ਦੀ ਪਦਵੀ ਦੇ ਉੱਤੇ ਸੁਸ਼ੋਭਿਤ ਹੋਈ ਮਹਾਰਾਣੀ ਜਿੰਦ ਕੌਰ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬਾ ਰਾਣੀ ਹੁਣ ਇਸ ਆਪਣੇ ਪੁੱਤਰ ਦੀ ਰਾਜਭਾਗ ਦੀ ਵਾੜ ਬਣ ਕੇ ਰਾਖੀ ਕਰਨ ਦਾ ਯਤਨ ਕਰ ਰਹੀ। ਪਰ ਵਿਰੋਧੀਆਂ ਨੇ ਕੁਝ ਚਾਲਾਂ ਏਦਾਂ ਦੀਆਂ ਚੱਲੀਆਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਲਾਂ ਦੇ ਵਿੱਚ ਖਤਮ ਕਰਨ ਦੇ ਉਹਨਾਂ ਨੇ ਬਾਹਰੋਂ ਨੇੜੇ ਦੇ ਬੰਨ ਦਿੱਤੇ। ਉਹਦੇ ਇਮਜ ਵਿੱਚੋਂ ਦੋ ਜੰਨਾਂ ਦੀ ਹਾਰ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮਹਾਰਾਣੀ ਜਿੰਦ ਕੌਰਾਂ ਦੇ ਕੰਨਾਂ ਵਿੱਚ ਪਈ। ਮੁਲਕੀ ਸ਼ਹਿਰ ਦੇ ਵਿੱਚ, ਫੇਰੂ ਸ਼ਹਿਰ ਦੇ ਵਿੱਚ ਭਾਰੀ ਗਿਣਤੀ ਵਿੱਚ ਸਿੱਖਾਂ ਦੇ ਕੋਲੇ ਅਸਲਾ ਹੁੰਦਿਆਂ ਫੌਜਾਂ ਹੁੰਦਿਆਂ ਸਾਡੇ ਆਗੂ ਜਰਨੈਲਾਂ ਦੀ ਗਦਾਰੀ ਦੇ ਕਾਰਨ ਖਾਲਸਾਈ ਫੌਜਾਂ ਹਾਰ ਗਈ। ਇਤਿਹਾਸ ਦੇ ਪੱਤਰੇ ਪੜ੍ਹ ਕੇ ਵੇਖੀਏ, ਮੁਲਕੀ ਤੇ ਫੇਰੂ ਸ਼ਹਿਰ ਦੀ ਲੜਾਈ ਕੋਈ ਬਹੁਤੀ ਵੱਡੀ ਨਹੀਂ ਸੀ, ਪਰ ਇਤਿਹਾਸ ਦੇ ਪੱਤਰਿਆਂ ਵਿੱਚ ਇਹਨੂੰ ਏਡਾ ਵੱਡਾ ਬਿਆਨ ਕੀਤਾ ਗਿਆ ਤਾਂ ਕਿ ਖਾਲਸਾਈ ਫੌਜਾਂ ਦੇ ਦਿਲ ਰੁਲਾਏ ਲੈ ਸਕਣ, ਉਹਨਾਂ ਨੂੰ ਡਰਾਇਆ ਤੇ ਧਮਕਾਇਆ ਜਾ ਸਕੇ, ਅਸੀਂ ਅੰਗਰੇਜ਼ਾਂ ਦਾ ਮੁਕਾਬਲਾ ਨਹੀਂ ਕਰ ਸਕਣ। ਮਹਾਰਾਣੀ ਜਿੰਦ ਕੌਰ ਸੋਚ ਰਹੀ ਹੁਣ ਕਿਹੜਾ ਹੈ,
ਜਿਹੜਾ ਸਿੱਖ ਰਾਜ ਦੀ ਡੋਗਰੀ ਹੋਈ ਬੇੜੀ ਨੂੰ ਬੰਨੇ ਲਾਵੇਗਾ। ਮਹਾਰਾਣੀ ਜਿੰਦ ਕੌਰਾਂ ਦਾ ਖਿਆਲ ਅਟਾਰੀ ਦੇ ਕਨੇਰਿਆਂ ਦੇ ਨਾਲ ਟਕਰਾਇਆ ਹੈ। ਇਹ ਅਟਾਰੀ ਕਿਹੜੀ ਹੈ? ਇਹ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਰਮ ਮਿੱਤਰ ਹੈ, ਸਰਦਾਰ ਸ਼ਾਮ ਸਿੰਘ ਅਟਾਰੀ। ਸਰਦਾਰ ਸ਼ਾਮ ਸਿੰਘ ਅਟਾਰੀ ਸਰਦਾਰ ਨਿਹਾਲ ਸਿੰਘ ਦਾ ਪੁੱਤਰ ਹੈ। ਸਰਦਾਰ ਨਿਹਾਲ ਸਿੰਘ ਦੇ ਵਾਰ ਵੜੇ ਜਸਮੇਰ ਭੱਟੀ ਰਾਜਪੂਤਾਂ ਦੇ ਹਨ। ਇਹ ਜਸਮੇਰ ਦੇ ਇਲਾਕੇ ਤੋਂ ਉੱਠ ਕੇ ਪੰਜਾਬ ਦੀ ਧਰਤੀ ਦੇ ਉੱਤੇ ਆਏ ਨੇ। ਲੁਧਿਆਣੇ ਦੇ ਨੇੜੇ ਜਗਰਾਵਾਂ ਦੇ ਕੋਲੋਂ ਥੋੜੇ 1.5 ਕਿਲੋਮੀਟਰ ਦੀ ਵਿੱਥ ਉੱਤੇ ਇਹਨਾਂ ਨੇ ਆਪਣਾ ਇੱਕ ਪਿੰਡ ਵਸਾਇਆ, ਜਿਹਦਾ ਨਾਂ ਰੱਖਿਆ ਕੌਂਕੇ। ਕੌਂਕੇ ਪਿੰਡ ਦੇ ਵਿੱਚ ਇਹਨਾਂ ਨੇ ਉਸੇਵਾ ਕੀਤਾ। ਇਹ ਸਰਦਾਰ ਬੜੀ ਚੜ੍ਹਤ ਵਾਲੇ ਸਨ, ਆਪਣੀਆਂ ਫੌਜਾਂ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਦੇ ਦੀਦਾਰ ਕਰਨ ਵਾਸਤੇ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਨਤਮਸਤਕ ਹੋਏ। ਸਿੱਖੀ ਦਾ ਇੰਨਾ ਪ੍ਰਭਾਵ ਪਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਭਾਈ ਗੌਰ ਤੇ ਕੌਰ ਸਿੰਘ ਬਣ ਗਏ ਨੇ। ਨਾਂ ਰੱਖਿਆ ਭਾਈ ਗੌਰ ਸਿੰਘ, ਭਾਈ ਕੌਰ ਸਿੰਘ, ਦੋਵਾਂ ਨਿਆਣਿਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਦੇ ਵਿੱਚ ਸੇਵਾ ਕਰਨ ਦਾ ਮਨ ਬਣਾਇਆ। ਅਟਾਰੀ ਤੋਂ ਚੜ੍ਹਦੇ ਵਾਲੇ ਪਾਸੇ ਤਕਰੀਬਨ 1.5 ਕਿਲੋਮੀਟਰ ਦੀ ਵਿੱਥ ਉੱਤੇ ਅੱਜ ਵੀ ਇੱਕ ਛੋਟਾ ਜਿਹਾ ਪਿੰਡ ਮੌਜੂਦ ਹੈ, ਜਿਹੜਾ ਉਹਨਾਂ ਨੇ ਆਪਣੇ ਵੱਡੇ ਪਿੰਡ ਦੇ ਨਾਂ ਉੱਤੇ ਇੱਥੇ ਪਿੰਡ ਦੀ ਮੋੜੀ ਗੱਡੀ, ਜਿਹੜਾ ਨਾਂ ਰੱਖਿਆ ਕੌਂਕੇ, ਛੋਟਾ ਕੌਂਕੇ। ਅਸੀਂ ਅਟਾਰੀ ਤੋਂ ਚੜ੍ਹਦੇ ਬੰਨੇ 1.5 ਕਿਲੋਮੀਟਰ ਦੀ ਵਿੱਥ ਉੱਤੇ ਅੱਜ ਵੀ ਉਸ ਪਿੰਡ ਨੂੰ ਵੇਖ ਸਕਦੇ। ਇੱਥੇ ਇਹਨਾਂ ਨੇ ਆਪਣਾ ਸੇਵਾ ਕੀਤਾ, ਸਮਾਂ ਆਪਣੀ ਚਾਲੇ ਚੱਲਿਆ। ਸਰਦਾਰ ਨਿਹਾਲ ਸਿੰਘ ਨੂੰ ਕੁਝ ਨਿਰਮਲੇ ਸਾਰਾ ਨੇ ਆ ਕੇ ਬੇਨਤੀ ਕੀਤੀ, ਸਰਦਾਰ ਨਿਹਾਲ ਸਿੰਘ ਜੀ ਤੁਹਾਡੇ ਪਿਤਾ ਬੜੇ ਬਹਾਦਰ ਨੇ, ਬੜੇ ਜਰਨੈਲ ਸਨ, ਉਹ ਦੁਖੀਆਂ ਦੇ ਬੜੇ ਹਮਦਰਦੀ ਸਨ, ਸਾਨੂੰ ਦਿਨ ਦੀਵੀ ਡਾਕੂ ਆ ਕੇ ਲੁੱਟ ਲੈਂਦੇ, ਸਾਡੇ ਡੇਰੇ ਦੇ ਉੱਤੇ ਧਾੜਵੀ ਜਿਹੜੇ ਨੇ ਦਿਨ ਦੀਵੀ ਹਮਲੇ ਕਰਦੇ ਨੇ ਸਾਡੇ ਕੋਲੋਂ, ਉਹਨਾਂ ਦੀ ਰੱਖਿਆ ਨਹੀਂ ਹੁੰਦੀ, ਸਾਡਾ ਉਹਨਾਂ ਦੇ ਨਾਲ ਮੁਕਾਬਲਾ ਨਹੀਂ ਬਣਦਾ, ਸਾਡੀ ਰਾਖੀ ਕਰੋ। ਸਰਦਾਰ ਨਿਹਾਲ ਸਿੰਘ ਜੀ ਇਹਨਾਂ ਨਿਰਮਲੇ ਸਾਧੂਆਂ ਦੇ ਕਹਿਣ ਉੱਤੇ ਜਿੱਥੇ ਅੱਜ ਕੱਲ੍ਹ ਪਿੰਡ 48 ਸਥਿਤ ਹੈ, ਉੱਥੇ ਇਹਨਾਂ ਨੇ ਆਪਣੇ ਮਕਾਨ ਪਾਏ। ਪੰਜਾਬੀ ਬੋਲੀ ਵਿੱਚ ਇੱਕ ਛੱਤੇ ਮਕਾਨ ਨੂੰ ਕੋਠਾ ਆਖਿਆ ਜਾਂਦਾ, ਦੋ ਛੱਤੇ ਮਕਾਨ ਨੂੰ ਅਸੀਂ ਚਵਾਰਾ ਆਖਦੇ ਤੇ 3 ਛੱਤੇ ਮਕਾਨ ਨੂੰ ਪੰਜਾਬੀ ਬੋਲੀ ਦੇ ਵਿੱਚ ਅਟਾਰੀ ਆਖਿਆ ਜਾਂਦਾ। ਸਰਦਾਰ ਨਿਹਾਲ ਸਿੰਘ ਨੇ 3 ਛੱਤਾ ਮਕਾਨ ਆਪਣੇ ਇਸ ਸਭ ਨਿਰਮਲੇ ਸਾਧੂਆਂ ਦੀ ਰਾਖੀ ਵਾਸਤੇ, ਉਹਨਾਂ ਦੇ ਕਹਿਣ ਉੱਤੇ ਆਪਣਾ ਸੇਵਾ ਕਰਨ ਵਾਸਤੇ ਬਣਾਇਆ, ਜਿਹਦੇ ਨਾਂ ਦੇ ਉੱਤੇ ਨਿਰਮਲੇ ਸਾਧੂਆਂ ਨੇ ਮੋੜੀ ਗੱਡੀ ਤੇ ਇਹਦਾ ਨਾਂ ਰੱਖ ਦਿੱਤਾ ਅਟਾਰੀ। ਉਸ ਅਟਾਰੀ ਦੀ ਮੋੜੀ ਗੱਡੀ ਦੀ ਜਿਸ ਅਟਾਰੀ ਦੇ ਨਾਂ ਉੱਤੇ ਫਿਰ ਇੱਕ ਪਿੰਡ ਆਬਾਦ ਹੋਇਆ, ਜਿੱਥੋਂ ਦਾ ਸ਼ਾਮ ਸਿੰਘ ਬਸ਼ਿੰਦਾ ਹੈ, ਜਿੱਥੇ ਸਰਦਾਰ ਸ਼ਾਮ ਸਿੰਘ ਰਹਿੰਦਾ। ਸਰਦਾਰ ਨਿਹਾਲ ਸਿੰਘ ਦੀ ਕੁਰਬਾਨੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋਇਆ, ਆਪਣੀ ਉਮਰ ਦੇ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਨੌਗਲ ਨਾਮ ਕੀਤਾ। ਨਿਹਾਲ ਸਿੰਘ ਇਸ ਸੰਸਾਰ ਤੋਂ ਸਦਾ ਵਾਸਤੇ ਚੜ੍ਹਾਈ ਕਰ ਗਿਆ, ਕੂਚ ਕਰ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਉਸ ਉਮੇਦਾਰ ਸਰਦਾਰ ਨਿਹਾਲ ਸਿੰਘ ਦੀ ਜਗ੍ਹਾ ਉੱਤੇ ਇਸ ਦੇ ਪੁੱਤਰ ਸਰਦਾਰ ਸ਼ਾਮ ਸਿੰਘ ਨੂੰ ਭਰਤੀ ਕੀਤਾ ਹੋਇਆ ਤੇ ਉਹਦੀ ਪਤਨੀ ਦੇ ਉੱਤੇ ਸ਼ਸ਼ੋਭਿਤ ਕਰ ਦਿੱਤਾ। ਕਿਹੜੀ ਜੰਗ ਸੀ ਜਿਹਦੇ ਵਿੱਚ ਸਰਦਾਰ ਸ਼ਾਮ ਸਿੰਘ ਨੇ ਆਪਣੀ ਵੀਰਤਾ, ਆਪਣੀ ਬਹਾਦਰੀ ਦੇ ਜੋਰ ਨਾਲ ਵਿਖਾਏ, ਅਖੀਰ ਮੋਹਰੇ ਜਰਨੇਲਾਂ ਦੀ ਕਤਾਰ ਵਿੱਚ ਆ ਗਿਆ। ਸਰਦਾਰ ਸ਼ਾਮ ਸਿੰਘ ਅਟਾਰੀ ਉਹ ਨਾਂ ਹੈ ਜਿਹਨੂੰ ਖਾਲਸਾਈ ਰਾਜ ਦੇ 4 ਥੰਮਾਂ ਦੇ ਵਿੱਚੋਂ ਇੱਕ ਥੰਮ ਕਹਿ ਕੇ ਯਾਦ ਕੀਤਾ ਜਾਂਦਾ ਰਿਹਾ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਬਨੇਰਿਆਂ ਦੇ ਨਾਲ ਨਿਗਾਹ ਟਕਰਾਈ ਮਹਾਰਾਣੀ ਜਿੰਦ ਕੌਰਾਂ ਦੀ। ਮਹਾਰਾਣੀ ਜਿੰਦ ਕੌਰਾਂ ਨੇ ਕਾਗਜ਼ ਲਿਆ, ਕਰਮ ਲਈ ਚੰਦ ਅੱਖਰ ਆਪਣੀ ਕਰਮ ਦੇ ਨਾਲ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੇ ਮਿੱਤਰ ਅਤੇ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੇ ਪੁੱਤਰ ਸਰਦਾਰ ਖੜਕ ਸਿੰਘ ਦੇ ਕੁਟੁੰਬ ਨੂੰ ਚੰਦ ਅੱਖਰ ਮਹਾਰਾਣੀ ਜਿੰਦ ਕੌਰਾਂ ਨੇ ਲਿਖੇ। ਮਹਾਰਾਣੀ ਜਿੰਦਾਂ ਨੇ ਕੀ ਲਿਖਿਆ? ਅਦੀਬ ਨੇ ਉਹਨਾਂ ਬੋਲਾਂ ਨੂੰ ਆਪਣੀ ਕਲਮ ਬੰਦ ਕੀਤਾ ਹੈ। ਉਹ ਸ਼ੇਰੇ ਪੰਜਾਬ ਦੀ ਜਿੰਦ ਜਿੰਦਾ ਦਿਲ ਦੀ ਵੇਦਨਾ ਲਿਖੀ ਸਰਦਾਰ ਦੇ ਵੱਲ। ਉਹ ਸ਼ੇਰੇ ਪੰਜਾਬ ਦੀ ਜਿੰਦ ਜਿੰਦਾ ਦਿਲ ਦੀ ਵੇਦਨਾ ਲਿਖੀ ਸਰਦਾਰ ਦੇ ਵੱਲ। ਕਰਗੀ ਧਰ ਦੇ ਜੋਧਿਆ ਸ਼ਾਮ ਸਿੰਘ ਦਾ ਵੇਰ ਦੁਖੀ ਪੰਜਾਬ ਦਾ ਚਾਰ ਦੇ ਵੱਲ। ਉਹ ਗੈਰ ਦੇਸ਼ ਦੀ ਲਾਜ ਸਤਵੰਤੀਆਂ ਦੀ ਪਈ ਵੇਸ਼ਤੀ ਤੇਰੀ ਤਲਵਾਰ ਦੇ ਵੱਲ। ਸਿਰੋਂ ਲੱਥ ਕੇ ਪੈਰਾਂ ਤੇ ਡਿੱਗ ਰਹੀ ਹੈ, ਅੱਖਾਂ ਪੁੱਟ ਕੇ ਤੱਕ ਦਸਤਾਰ ਦੇ ਵੱਲ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ। ਬਦਲੀ ਜਿਸ ਤਕਦੀਰ ਪੰਜਾਬ ਦੀ ਸੀ,
ਉਹਦੀ ਆਤਮਾ ਨੂੰ ਤੀਰ ਲਾਏ ਦੱਸਣ। ਅਰੇ ਮੇਰਾ ਹੀ ਵਕਤ ਸੰਭਾਲ ਸਿੰਘ ਰੂੜੀ ਗਾਂਧੀ ਪੰਜਾਬ ਦੀ ਆਣ ਰੱਖ ਲੈ, ਲੇਕਿਨ ਗੁੱਸੇ ਰਣਜੀਤ ਦੀ ਪੱਗ ਮੈਨੂੰ ਮੋਹੇ ਪਿੱਤਰ ਦੀ ਜੋਰਿਆ ਸ਼ਾਨ ਰੱਖ ਲੈ। ਇੱਕ ਮੇਰੇ ਭਾਈ ਚਿੱਠੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਾਬੂਬਾ ਰਾਣੀ ਮਹਾਰਾਣੀ ਜਿੰਦ ਕੌਰ ਵਾਲੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਲਿਖੇ, ਇਉਂ ਲਿਖ ਦਿੱਤੀ। ਕਰਨਾ ਨਹੀਂ ਗਾ ਦੋ ਸ਼ਰਕਾਨਾ ਨੂੰ ਸੁਣ ਲੈ ਸ਼ਾਮ ਸਿੰਘ।
ਕਥਾ ਪੂਰੀ ਪਾਣੀ ਕਹਿੰਦੇ ਦੋਸਿਆਂ ਨੇ ਹੀ ਕਿੰਨਾ ਸੀ ਪੂਰੀ ਟੁੱਟਦੀ
ਖੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਨੂੰ ਦੋ ਵਾਰੀ ਸਲਾਹ ਦੇਣ ਵਾਲਾ ਸਰਦਾਰ ਸ਼ਾਮ ਸਿੰਘ ਅਟਾਰੀ ਅਖੀਰ ਕੋਲ ਰੰਜਿਸ਼ਾਂ ਕਰਕੇ ਰਾਜ ਦਰਬਾਰ ਤੋਂ ਲਾਂਭੇ ਹੋ ਗਿਆ। ਸਿਆਣੇ ਬੰਦੇ ਦਾਨੇ ਬੰਦਿਆਂ ਦਾ ਇਹ ਕਹਿਣਾ ਕਿ ਮੂਰਖਾਂ ਦੇ ਨਾਲੋਂ ਝਗੜਨ ਲਈ, ਮੂਰਖਾਂ ਦੇ ਨਾਲ ਲੜਾਈ ਕਰਨ ਦੇ ਲਈ ਲਾਂਭੇ ਹੋ ਜਾਣਾ, ਕਿਨਾਰੇ ਹੋ ਜਾਣਾ, ਚੁੱਪ ਕਰ ਜਾਣਾ ਸੌ ਦਿਨ ਦੇ ਚੰਗਾ ਹੋਇਆ ਕਰਦਾ ਹੈ। ਸ਼ਾਮ ਸਿੰਘ ਅਟਾਰੀ ਨੇ ਇਸ ਗੱਲ ਦੇ ਉੱਤੇ ਪਹਿਰਾ ਦਿੱਤਾ। ਕੁਝ ਹਾਲਾਤ ਕਰਦੇ ਇੱਦਾਂ ਦੇ ਬਣੇ, ਸ਼ਾਮ ਸਿੰਘ ਅਟਾਰੀ ਇਸ ਖਾਲਸਾਈ ਮੁਹਿੰਮਾਂ ਦੇ ਵਿੱਚ ਆਪਣੀ ਸ਼ਮੂਲੀਅਤ ਨਾ ਕਰ ਸਕਿਆ। ਮਹਾਰਾਣੀ ਜਿੰਦ ਕੌਰਾਂ ਨੇ ਚਿੱਠੀ ਲੈ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਗੈਰਤ ਨੂੰ ਵੰਗਾਰੇ ਅੰਠ ਨੂੰ ਤਰੇਲੇ ਦਿੱਤੀ। ਉਹ ਸ਼ਾਮ ਸਿੰਘ, ਇਹ ਤੇਰੀ ਚੌੜੀ ਛਾਤੀ, ਇਹ ਤੇਰਾ ਆਉਣ ਵਾਲਾ ਪੀੜ੍ਹੀ ਦਰ ਪੀੜ੍ਹੀ ਤੇਰੇ ਨਾਂ ਦੇ ਉੱਤੇ ਮਾਣ ਕਰਨ ਵਾਲੇ ਕਿੱਥੇ ਮਾਣ ਕਰਨਗੇ, ਜੇ ਤੇਰੇ ਦੇਸ਼ ਦੇ ਉੱਤੇ ਜਿੱਥੇ ਤੂੰ ਤੇਗਾ ਮਾਰ ਕੇ ਰਾਜ ਸਥਾਪਿਤ ਕੀਤਾ ਹੈ, ਕੱਲ ਗੈਰਾਂ ਦਾ ਕਬਜ਼ਾ ਹੋ ਗਿਆ, ਗੈਰਾਂ ਦੇ ਸਾਹਮਣੇ ਆਪਣੇ ਸਿਰ ਝੁਕਾਈ ਖੜੇ ਤੇਰੇ ਵਾਰਸ, ਕੀ ਤੈਨੂੰ ਤਾਨੇ ਨਾ ਦੇਣਗੇ, ਕੀ ਤੈਨੂੰ ਮੇਰੇ ਨਾ ਦੇਣਗੇ। ਮਹਾਰਾਣੀ ਜਿੰਦ ਕੌਰਾਂ ਦੀ ਇਸ ਚਿੱਠੀ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਬੁੱਢੇ ਜਰਨੈਲ ਦੀ ਗੈਰਤ ਨੂੰ ਮੰਗੜਾਈ ਦੇ ਦਿੱਤੀ। ਬਾਪੂ ਸੋਹਣ ਸਿੰਘ ਜੀ ਸੀਤਲ, ਸਵਰਗੀ ਸੁਲਤਾਨਾ ਢਾਡੀ, ਨਾਮਵਰ ਇਤਿਹਾਸਕਾਰਾਂ ਦੀ ਕਲਮ ਦੇ ਲਿਖੇ ਹੋਏ ਚੰਦ ਅੱਖਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਹੈ। ਬਾਪੂ ਸੋਹਣ ਸਿੰਘ ਜੀ ਸੀਤਲ ਲਿਖਦੇ, ਚਿੱਠੀ ਪੜ੍ਹੀ ਤੇ ਦਿਲ ਨੂੰ ਭੁਚਾਲ ਆਇਆ, ਕਿਸੇ ਰੋਜ਼ ਜਾਨ ਸਰਦਾਰ ਉੱਠਿਆ, ਸੁਣਦੇ ਜਾਂਦੇ ਪੰਜਾਬ ਦੇ ਭਾਰਤਾਂ ਨੂੰ ਟੁੰਬਣ ਵਾਸਤੇ ਸ਼ੇਰ ਲਤਾਰ ਉੱਠਿਆ, ਉਸ ਪੰਜਾਬ ਦੀ ਗੈਰਤ ਨੂੰ ਮੰਗੜਾਈਆਂ ਦੇਣ ਵਾਸਤੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣੇ ਘਰ ਦੇ ਕੰਮਾਂ ਕਾਰਜਾਂ ਨੂੰ ਇੱਕਦਮ ਤਿਆਗ ਕੇ ਹੱਥ ਦੇ ਵਿੱਚ ਤਲਵਾਰ ਲੈ ਲਈ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਕਲਮ ਲਈ, ਕਾਵੀ ਦੇ ਉੱਤੇ ਚੰਦ ਅੱਖਰ ਆਪਣੇ ਵੱਲੋਂ ਆਪਣੀਆਂ ਉਹਨਾਂ ਸ਼ਾਹੀ ਫੌਜਾਂ ਨੂੰ ਲਿਖੇ ਨੇ ਜਿਹੜੀਆਂ ਛੁੱਟੀਆਂ ਦੇ ਉੱਤੇ ਗਈਆਂ ਹੋਈਆਂ। ਸਰਦਾਰ ਸ਼ਾਮ ਸਿੰਘ ਅਟਾਰੀ ਇਸ ਖਾਲਸਾ ਰਾਜ ਦੀ ਵਾਰਦੌਰ ਨੂੰ ਸੰਭਾਲਣ ਵਾਸਤੇ, ਖਾਲਸਾ ਰਾਜ ਨੂੰ ਬਰਬਾਦ ਹੋਣ ਤੋਂ ਬਚਾਉਣ ਵਾਸਤੇ ਆਪਣੇ ਅੰਤਲੇ ਸਾਹਾਂ ਦੀ ਬਾਜੀ ਲਾਉਣ ਦਾ ਨਿਰਣਾ ਕਰਦਾ ਹੈ। ਚਿੱਠੀ ਲੈ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਜਿਵੇਂ ਖਾਲਸਾਈ ਤੇ ਹਮਦਰਦ ਸਿੱਖਾਂ ਨੂੰ ਚਿੱਠੀਆਂ ਲੈ ਕੇ ਮੰਗਾ ਰਿਹਾ, ਉਹਨਾਂ ਵੇਲਿਆਂ ਦਾ ਵੇਰਵਾ ਬਲਦੇਵ ਸਿੰਘ ਸਭਰਾਵਾਂ ਵਾਲੇ ਦਾ ਕਵੀ ਸ਼੍ਰੀ ਜਥਾ ਇਹਨਾਂ ਲੈਣਾ ਰਾਹੀਂ ਕਿਉਂ ਕਹਿ ਰਹੇ। ਆਹ
बनी है भीड भारी, चुको हथां दे विच हथियार सिंगो, नेजे बरछियां बरला फड़े जांदी ते होवो घोड़िया उत्ते सवार सिंगो, सरबजीत कै देश तो मार मिटना, सरबजीत कै देश तो मार मिटना, मोह ममता दिलो विसार सिंगो। इतिहास कहिंदा है सरदार श्याम सिंह अटारी की चिट्ठी जिस पिंड विच पहुंची जेड़े सिंह नूं मिली वह तैयारी करके अपने घर के काम काज छड़ के सरदार श्याम सिंह अटारी के सुनेहे नूं प्रवान करता होया अटारी वाले नूं हीरा कत्तण लगे है। जब सुनिया नाम जागदा सिंह सरदार है उन्हां विच खुशी दे चुकी है खूनी तलवार है सब घर के काम विच छड़ के पैमान निशाना है भी छड़ के विचे खिलरे सी मली दा लाल है कई कल मुकले तुर पे भैणा दे वीरे कई तुर पे मौत मियां नूं मां दे हीरे साडे लुटिया देश में जाने है दिल खा के थारा कई तुर पे सज दे आईयां घर छड़ के नारा सरदार श्याम सिंह अटारी दे सदे उत्ते सूरबीर बहादुर जोड़े वहीरा कट के अटारी दे विच आउणे शुरू हो गए। अज सवेर दा दिन चढ़िया सरदार श्याम सिंह अटारी अमृत वेले उठिया इशनान करने वास्ते सरदार जी प्रीत कौर नूं हुकम चा रहे सरदार श्याम सिंह अटारी वास्ते सरदार जी प्रीत कौर ने वेड़े दे विच सरदार श्याम सिंह अटारी ने इशनान करने का इंतजाम किया है। टब भरिया होया पानी का लागे जग रखिया है सरदार श्याम सिंह अटारी वेड़े दे विच बैठ के अपना अंतम इशनान आप कर रहे हैं। सरदार जी प्रीत कौर ने अपने पति की हर जिंदगी के हुण तक के सारे समय वांगू सेवा निभाई। सरदार श्याम सिंह अटारी इशनान करने के बाद चबारे के उत्ते गया चबारे के विचार की अटारी भी चढ़ के सरदार श्याम सिंह अटारी ने प्रेम दीआं बाणियां का सिमरन किया। सवेर का वेला होया सरदार श्याम सिंह अटारी ने सदे उत्ते खालसाई फौजां चोणवें जरनैल सूरबीर बहादुर जोधे देश तो आपा निशाना करने वाले सरदार श्याम सिंह अटारी के बूहे गाड़ी खड़े सरदार श्याम सिंह अटारी की उड़ीक कर रहे। सरदार श्याम सिंह अटारी अटारी दी पौड़ियां उतरे है सरदार श्याम सिंह अटारी के मगरले मगर सरदार जी प्रीत कौर कोई विद्वाना ने इहदा नाम राणी देसा लिखिया है जिहदा भुलेखा यह है कि सरदार जी प्रीत कौर ने जिंदगी भर कदे भी अपनिया अखां जिहड़ियां सर सरदार श्याम सिंह अटारी दे अगे नहीं झुकी। इत्थों तक इतिहास विचों मिलदा है सरदार श्याम सिंह अटारी की धर्म पत्नी के बहुते लोगों ने पिंड वाले भी दीदार नहीं सन किए ये हर वे सरदार श्याम सिंह अटारी की सेवा के इं हाजिर रही सी जिमें कोई दासी हो जिमें कोई नौकरानी हो इस करके इस गल को भुलेखा पा के यदा नाम जरा कई ने दासा या देसा रख दिता है पर असलियत सरदार जी प्रीत कौर नाम है सरदार श्याम सिंह अटारी की धर्म पत्नी का। सरदार जी प्रीत कौर सरदार श्याम सिंह अटारी के मगर मगर इस अटारी दौड़ियां उतरी वेड़े खड़ोती हुई चिट्टी ते बग्गी घोड़ी सरदार श्याम सिंह अटारी की उड़ीक कर रही है वेट कर रही है। सरदार श्याम सिंह अटारी सतगुरु गुरु ग्रंथ साहब महाराज को हाजिर नाजिर रह के एक अरदास करता बेनती करता दाता कृपा करी देश के उत्ते भीड़ बनी हुई है तेरा है साधु तेरा है नौकर तेरा है सेवादार इस सेवा दे विच अपना हिस्सा पावे जे किते लोड पवे मैं अपना पैर पिछे ना हटावा मेरे सिर दी मेरे सीस दी कुर्बानी लगदी ते लगदा है। सरदार श्याम सिंह अटारी घोड़ी दे उत्ते सवार होण लग्या सरदार जी प्रीत कौर ने आख्या स्वामी जी अज तक मैं तुहाडे तुरन लगे कदे तुहाडा अग्गा नहीं रोकिया पर मैं इंज समझदी हां अंत वेले तुसी मैनूं जांदा होया कुछ उपदेश जरूर देओगे। सरदार श्याम सिंह अटारी ने जिहड़े बोल गए सुल्तान ढाडी ढाडियां दे बादशाह बापू सोहण सिंह जी सीतल तो वध के मैनूं होर कोई नजर नहीं आउंदा इस करके मैं ज्यादातर उहनां दीआं रत्ना बयान करदा ओले सद के क्या सरदार जी नूं आ रहा ज्ञान है उची लटका छड़ी अपनी तलवार बेध्यान करके सरदार श्याम सिंह अटारी ने खाली ध्यान सरदार जी प्रीत कौर वाले बताउंदा होया अपनी जुबान दे विचों अंतले अल्फाज कहे ओले सद के क्या सरदार जी नूं आ रहा ज्ञान है उची लटका छड़ी किसे जिंदा जरनैल दी याद है इहनूं दाग ना लगे समझा छड़ी मर्दी कौम दे जिंदगी भरन खातर मैं हुण देश तों होण कुर्बान चले जेड़े कौमी गदारा ने लाए लंगू छके रत दे पा बुझान चले हैं जेड़े देश धरोइयां ने दाग लाए छके रत दे पा मिटान चले हैं ना ना होवांगा ना पंजाब होसी आपर दिलां विच दोवां दी याद रहा सी सीकर सूरज कुर्बानी दा चमकदार रूप जदों तिल के देश आवाज रहा सी। सरदार श्याम सिंह अटारी ने
अपनी सरदारी तीसू कानून आख्या ले बयान मेरे महला दे विच मेरी अटारी दे विच उच्चा लटका छड़ी जे इहदे विचों निकली होई तलवार इहदा शिंगार बन गई तां ठीक है नहीं ते आउण वालियां मेरियां नस्लां नूं खाली म्यान टोकदा रहेगा। बहुत वड्डा संदेश ही सरदार शाम सिंह अटारी दा तुरन लग्या अपनी कौम प्रति, पर अज उस शाम सिंह अटारी दी औलाद उस वचन प्रति संजीदा नहीं। मैं कई वारी अटारी दे विच सरदार शाम सिंह अटारी दी बरसी मनाउण वाली उहदे औलाद दे वारसां दे समागमां विच हाजिर होया। मैं अपने वल्लों बेनती भी करदा रहा, पर जदों व्यक्ति अपने असली मकसद तो भटक जाता है उन्होंने कोई ना नहीं दिता, उन्होंने कोई ख्याल नहीं दिता। केवल सैकड़े बंदियों की गिनती होती है। हर साल सरदार शाम सिंह अटारी की बरसी मनाई जाती है, अखबारों में वड़े वड़े बयान लग जाते हैं, वड़े वड़े जनैब वड़े वड़े आर्मी के अफसर उत्ते आके हाजरी भरते हैं। इस तो सिवा सरदार शाम सिंह अटारी की प्रति कोई भी संजीदा काल दुख नहीं होंगे। सरदार शाम सिंह अटारी के नाम से एक म्यूजियम चाहिए, सरदार शाम सिंह अटारी के इतिहास दिया बहुत वड्डिया जिहड़ियां अंग्रेजां ने लिखता लिखिया उहदे सानूं पंजाबी दे विच तर्जमा करके एक पासे उहदा सही रूप दूजे पासे पंजाबी दा तर्जमा करके लाउणा चाहीदा सी कि अंग्रेजां ने उहनां जिहड़ियां ने जिन्हां दे विरुद्ध सरदार शाम सिंह अटारी ने अपनी तेज दे जोर विखाए उहनां ने किदां दी प्रणाम सरदार शाम सिंह अटारी नूं कीती ते अज्ज उहदी पीढ़ी की कर रही है, इस गल्लों असीं संजीदा नहीं। सरदार शाम सिंह अटारी घोड़ी दे उत्ते सवार होया ਤੁਰਨ ਲੱਗਿਆ। ਸਰਦਾਰੀ ਪ੍ਰੀਤਮ ਕੌਰ ਨੇ ਆਖਿਆ ਸਵਾਮੀ ਜੀ ਤੁਹਾਡਾ ਹੁਕਮ ਸਿਰ ਮੱਥੇ ਤੇ ਹੈ। ਸਰਦਾਰੀ ਪ੍ਰੀਤਮ ਕੌਰ ਨਾਮੇ ਹੋਈ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਇੱਕ ਵਾਰੀ ਫਿਰ ਆਖਿਆ ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਚਰਨਾਂ ਵਿੱਚ ਦਾਸਰੇ ਦੀ ਅਰਦੋਈ ਹੈ, ਤੇਰੇ ਚਰਨਾਂ ਵਿੱਚ ਦਾਸਰੇ ਦੀ ਅਰਦਾਸ ਹੈ। ਸ਼ਾਮ ਸਿੰਘ ਅਟਾਰੀ ਮੈਦਾਨੇ ਜੰਗ ਦੇ ਵਿੱਚ ਚੱਲਿਆ, ਖੁਦਾ ਦਾ ਖਾਸਤਾ ਖਾਲਸੇ ਦੀ ਉੱਥੇ ਹਾਰ ਹੋ ਜਾਵੇ ਤੇ ਮੈਂ ਇਹ ਸਾਹਮਣੇ ਪ੍ਰਣ ਕਰਨਾ ਸਤਿਗੁਰੂ ਜਾਂ ਤਾਂ ਮੈਦਾਨੇ ਜੰਗ ਵਿੱਚ ਖਾਲਸੇ ਦੀ ਜਿੱਤ ਹੋ ਜਾਵੇ ਜਾਂ ਫਿਰ ਸ਼ਾਮ ਸਿੰਘ ਅਟਾਰੀ ਜਿਉਂਦਾ ਅਟਾਰੀ ਨਾ ਆਵੇ। ਉਹ
ਸ਼ਾਮ ਸਿੰਘ ਅਟਾਰੀ ਹਰੀਕਿਆਂ ਵਾਲੇ ਪੱਤਣ ਦੇ ਨੇੜੇ ਹਰੀਕਿਆਂ ਵਾਲੇ ਪੱਤਣ ਤੋਂ ਲਹਿੰਦੇ ਪਾਸੇ ਨੂੰ ਸਵਰਾਵਾਂ ਤੋਂ ਚੜ੍ਹਦੇ ਬੰਨੇ ਇੱਕ ਕਿੱਲੀ ਵਾਲੀ ਵੰਗ ਹੈ ਉਸ ਜਗ੍ਹਾ ਦੇ ਉੱਤੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣਾ ਡੇਰਾ ਕੀਤਾ ਯਾਦ ਹੈ ਸਵਰਾਵਾਂ ਵਾਲਾ ਕੱਚਾ ਕਿਲਾ ਜਿਹੜਾ ਕਿਸੇ ਵੇਲੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਇਹਨੂੰ ਪੁਨਰ ਸੁਰਜੀਤ ਕੀਤਾ ਇਸ ਕਿਲੇ ਬਾਬਤ ਮੈਂ ਜਾਣਨ ਦਾ ਯਤਨ ਕੀਤਾ ਇਹ ਰਾਜਿਆਂ ਮਹਾਰਾਜਿਆਂ ਦਾ ਰਜਵਾੜਾ ਸ਼ਾਹੀ ਕਿਲਾ ਸੀ ਜਿਹਦੀ ਪੁਨਰ ਗਠਨ ਜਿਹਦਾ ਪੁਨਰ ਨਿਰਮਾਣ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੀ ਦੇਖ ਰੇਖ ਹੇਠ ਕਰਵਾਇਆ ਇਸ ਕਿਲੇ ਦੇ ਨਾਲ ਬੜਾ ਪਿਆਰ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਪਰ ਹੁਣ ਇਸ ਕਿਲੇ ਦੇ ਵਿੱਚ ਦਾਖਲ ਹੋਣ ਵਾਸਤੇ ਵੀ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਇਜਾਜ਼ਤ ਲੈਣੀ ਪਏਗੀ ਕਿਉਂਕਿ ਇੱਥੇ ਤੇਜਾ ਸਿੰਘ ਲਾਲ ਸਿੰਘ ਇਹ ਜਿਹੜੇ ਸਿੱਖਾਂ ਦੇ ਇੱਕ ਸੈਨਾਪਤੀ ਇੱਕ ਕਮਾਂਡਰ ਇਹ ਦੋਨੋਂ ਜਾਣੇ ਵੱਡੇ ਜਰਨੈਲ ਹਨ ਇਹਨਾਂ ਦੀ ਇਜਾਜ਼ਤ ਤੋਂ ਬਿਨਾਂ ਸਰਦਾਰ ਸ਼ਾਮ ਸਿੰਘ ਅਟਾਰੀ ਕਿਲੇ ਵਿੱਚ ਦਾਖਲ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਨੇ ਡੋਗਰਾ ਫੌਜਾਂ ਦੇ ਰਾਹੀਂ ਸਿੱਖਾਂ ਦੇ ਕੰਨ ਭਰੇ ਹੋਏ ਨੇ ਸ਼ਾਮ ਸਿੰਘ ਅਟਾਰੀ ਅੰਗਰੇਜ਼ਾਂ ਦੇ ਨਾਲ ਲੜਿਆ ਹੋਇਆ ਬਸ ਉਸ ਵੇਲੇ ਇੱਕੋ ਹੀ ਸਭ ਤੋਂ ਵੱਡਾ ਹੋਊਗਾ ਸੀ ਜਿਹਨੂੰ ਬਦਨਾਮ ਕਰਨਾ ਹੈ ਖਾਲਸਾਈ ਫੌਜਾਂ ਦੇ ਕੰਨਾਂ ਵਿੱਚ ਫੂਕ ਮਾਰ ਦਿਓ ਇਹ ਅੰਗਰੇਜ਼ਾਂ ਦਾ ਪਿੱਛੂ ਹੈ ਇਹ ਅੰਗਰੇਜ਼ਾਂ ਦੇ ਨਾਲ ਲੜਿਆ ਹੋਇਆ ਬਸ ਇੰਨੀ ਗੱਲ ਕਾਫੀ ਸੀ ਇਸ ਤੋਂ ਵੱਧ ਕੇ ਉਹਨਾਂ ਵੇਲਿਆਂ ਵਿੱਚ ਹੋਰ ਤੀਜੀ ਗੱਲ ਕਹਿਣ ਦੀ ਲੋੜ ਨਹੀਂ ਸੀ ਮੈਂ ਕਿੰਨਾ ਵੀ ਤੇਜ਼ ਕਿਉਂ ਨਾ ਹੋ ਜਾਵਾਂ ਪਰ ਸਮੇਂ ਨਾਲੋਂ ਘੜੀਆਂ ਸੁਣਿਆ ਨਾਲੋਂ ਤੇਜ਼ ਨਹੀਂ ਹੋ ਸਕਾਂਗਾ ਪੰਜ ਮਿੰਟ ਬਾਕੀ ਰਹਿ ਗਏ ਇਹਨਾਂ ਪੰਜਾਂ ਮਿੰਟਾਂ ਦੇ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਅੰਤਲੀ ਵਾਰ ਕਹਿ ਕੇ ਉਹਦੀ ਸ਼ਹਾਦਤ ਦੀ ਗੱਲ ਮੈਂ ਤੁਹਾਡੇ ਨਾਲ ਬਿਆਨ ਕਰਾਂ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਬਹੁਤ ਵੱਡਾ ਇਤਿਹਾਸ ਦਾ ਹਿੱਸਾ ਅੱਗੇ ਰਹਿੰਦਾ ਹੈ ਲੁਧਿਆਣੇ ਦੇ ਅੰਦਰ ਜਿੱਥੇ ਮਿਸਟਰ ਮਰੇ ਰਹਿੰਦਾ ਸੀ ਉਸ ਕੋਠੀ ਦੇ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਹੋਈ ਇਹ ਮੀਟਿੰਗ ਹੋਈ 7 ਫਰਵਰੀ 1846 ਈਸਵੀ ਨੂੰ 7 ਫਰਵਰੀ 1846 ਈਸਵੀ ਨੂੰ ਤੇਜਾ ਸਿੰਘ ਲਾਲ ਸਿੰਘ ਗੁਲਾਬ ਸਿੰਘ ਦੇ ਨਾਲ ਤੈਅ ਹੋਇਆ ਅੰਗਰੇਜ਼ਾਂ ਦਾ ਸੌਦਾ ਕਿ ਜੇ ਸਭਰਾਵਾਂ ਦੇ ਮੈਦਾਨ ਦੇ ਵਿੱਚ ਜਿਹੜੀ ਲੜਾਈ ਹੋਏਗੀ ਉਹਦਾ ਪਹਿਲਾ ਗੋਲਾ ਅੰਗਰੇਜ਼ਾਂ ਦੀ ਤੋਪ ਦਾਗੇਗੀ ਫਿਰ ਸਭਰਾਵਾਂ ਦੇ ਮੈਦਾਨ ਵੱਲੋਂ ਸਿੱਖਾਂ ਵੱਲੋਂ ਕੋਈ ਗੋਲੀ ਆਵੇ ਜੇ ਇਸ ਤੋਂ ਪਹਿਲਾਂ ਕੋਈ ਗੋਲੀ ਜਾਂ ਤੋਪ ਦਾ ਗੋਲਾ ਆਇਆ ਤੇ ਸਮਝ ਲਿਆ ਜਾਏਗਾ ਤੁਸੀਂ ਅੰਗਰੇਜ਼ਾਂ ਦੇ ਵਫ਼ਾਦਾਰ ਨਹੀਂ ਇਹਨਾਂ ਬਿਨਾਂ ਡਾਰਿਆਂ ਨੇ ਕਹਿ ਦਿੱਤਾ ਸੀ ਆਪਣੀ ਵਫ਼ਾਦਾਰੀ ਦਾ ਪ੍ਰੂਫ ਤੁਹਾਨੂੰ ਦਿਆਂ ਦੂਜੀ ਸ਼ਰਤ ਰੱਖੀ ਗਈ ਸਭਰਾਵਾਂ ਵਾਲੇ ਕੱਚੇ ਕਿਲੇ ਦਾ ਨਕਸ਼ਾ ਲਾਹੌਰ ਇਸ ਅੰਗਰੇਜ਼ਾਂ ਦੀ ਛਾਉਣੀ ਫਿਰੋਜ਼ਪੁਰ ਦੇ ਵਿੱਚ ਪਹੁੰਚਣਾ ਚਾਹੀਦਾ ਇਹ ਵੀ ਸ਼ਰਤ ਮੰਨ ਲਈ ਤੀਜੀ ਸ਼ਰਤ ਕਿ ਹਮਲਾ ਜਿਹੜਾ ਹੈ 10 ਫਰਵਰੀ ਦੀ ਸਵੇਰ ਤੋਂ ਪਹਿਲਾਂ ਨਹੀਂ ਕੀਤਾ ਜਾਏ ਉਹਦਾ ਇੱਕ ਕਾਰਨ ਦਿੱਲੀ ਤੋਂ ਹਾਥੀ ਨਾਲ ਖਿੱਚਣ ਵਾਲੀਆਂ ਵੱਡੀਆਂ ਤੋਪਾਂ 7 ਫਰਵਰੀ ਸ਼ਾਮ ਨੂੰ ਦਿੱਲੀ ਤੋਂ ਚੱਲੀਆਂ ਜਿਹੜੀਆਂ 9 ਫਰਵਰੀ ਸ਼ਾਮ ਨੂੰ ਫਿਰੋਜ਼ਪੁਰ ਦੀ ਛਾਉਣੀ ਵਿੱਚ ਪਹੁੰਚਣੀਆਂ ਕਾਸ਼ ਕਿਤੇ ਸਿੱਖ ਜਾਂਦਿਆਂ ਸਾਰ 8 ਫਰਵਰੀ ਨੂੰ ਜਾਂ 9 ਫਰਵਰੀ ਨੂੰ ਹਮਲਾ ਕਰ ਦਿੰਦੇ ਤੇ ਅੰਗਰੇਜ਼ ਭਾਲਿਆਂ ਵੀ ਪੰਜਾਬ ਦੇ ਵਿੱਚੋਂ ਤਾਂ ਕਿ ਭਾਰਤ ਵਿੱਚੋਂ ਨਾ ਲੱਗਦੇ ਅਸੀਂ ਇਹਨਾਂ ਨੂੰ ਕਲਕੱਤੇ ਤੋਂ ਵੀ ਗਾਂਹ ਤੱਕ ਦੇ ਆਉਂਦੇ ਇਹਨਾਂ ਦੇ ਉਖੜੇ ਹੋਏ ਇੱਥੋਂ ਦੇ ਪੈਰ ਫੇਰ ਇਹਨਾਂ ਨੂੰ ਇਸ ਵਤਨ ਦੇ ਉੱਤੇ ਪੰਜਾਬ ਦੇ ਉੱਤੇ ਹਮਲਾ ਕਰਨ ਲਈ ਕਦੇ ਉਤਸ਼ਾਹ ਨਾ ਦੇਣ ਪਰ ਸਾਡੇ ਆਪਣੇ ਵਿਦਵਾਨ ਸਨ ਕਿਸੇ ਨੂੰ ਅਸੀਂ ਕੀ ਕਹਿਣਾ ਅਖੀਰ ਸਭਰਾਵਾਂ ਵਾਲੇ ਕੱਚੇ ਕਿਲੇ ਵਿੱਚ 9 ਫਰਵਰੀ ਤੇ 10 ਫਰਵਰੀ ਦੀ ਦਰਮਿਆਨੀ ਰਾਤ ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਦਾਖਲ ਹੋਇਆ ਖਾਲਸਾਈ ਫੌਜਾਂ ਨੂੰ ਧਰਾਸ ਦਿੱਤੇ ਪਰ ਤੇਜਾ ਸਿੰਘ ਨੇ ਆਖਿਆ ਸੀ ਤੇਰਾ ਯਕੀਨ ਕਿਵੇਂ ਕਰ ਲਈਏ ਕਿਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੌਂਹ ਆਏਗੀ ਸਰਦਾਰ ਸ਼ਾਮ ਸਿੰਘ ਅਟਾਰੀ ਭਾਵੇਂ ਸਿੱਖ ਸੌਂਹ ਦੇ ਸੁਪਨਾ ਦੇ ਉੱਤੇ ਯਕੀਨ ਨਹੀਂ ਰੱਖਦਾ ਕਿਉਂਕਿ ਸੌਂਹ ਜਿਹੜੀ ਹੁੰਦੀ ਹੈ ਸੁਪਨਾ ਜਿਹੜੀ ਹੁੰਦੀ ਸੌਦੇ ਦਾ ਦੂਜਾ ਨਾਂ ਹੈ ਪਰ ਫਿਰ ਵੀ ਇਹਨਾਂ ਨੇ ਮਜ਼ਬੂਰ ਕਰਨ ਉੱਤੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਪੰਨ ਕੀਤਾ ਉਹ ਤੇ ਅਟਾਰੀ ਤੋਂ ਕਰਕੇ ਆਇਆ ਸੀ ਜਾਂ ਖਾਲਸਾਈ ਫੌਜਾਂ ਦੀ ਮੈਦਾਨੇ ਜੰਗ ਨੂੰ ਜਿੱਤ ਹੋਏਗੀ ਜਾਂ ਸ਼ਾਮ ਸਿੰਘ ਅਟਾਰੀ ਜੁਦਾ ਅਟਾਰੀ ਨਹੀਂ ਜਾਵੇਗਾ ਸਵੇਰ ਦਾ ਦਿਨ ਚੜਿਆ ਅਜੀਬ ਕਹਿੰਦਾ 10 ਫਰਵਰੀ ਜਦੋਂ ਅਸੀਂ ਦਿਨ ਚੜਿਆ ਮੈਂ ਵੀ ਆ ਗਿਆ ਕਰਕੇ ਧਾਵੇ ਕੋਈ ਜੰਗ ਹਿੰਦੂ ਪੰਜਾਬ ਦਾ ਹੋਣ ਲੱਗਾ ਕੁਝ ਲੋਕ ਕਹਿੰਦੇ ਨੇ ਪੰਜਾਬ ਵੱਖਰਾ ਸੂਬਾ ਨਹੀਂ ਪੜ ਕੇ ਵੇਖੋ ਸ਼ਾਹ ਮੁਹੰਮਦ ਨੂੰ ਸ਼ਾਹ ਮੁਹੰਮਦ ਆ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ ਵਾਲੇ ਸਾਕਿਆਂ ਵਿੱਚ ਹਿੰਦ ਤੇ ਪੰਜਾਬ ਦਾ ਜ਼ਿਕਰ ਕਰਦਾ ਹੈ ਇੱਕ ਪਾਸੇ ਹਿੰਦ ਸਰਕਾਰ ਇੱਕ ਪਾਸੇ ਪੰਜਾਬ ਦਾ ਸੂਬਾ ਪਹਿਲਾਂ ਕੋਈ ਵੱਖਰਾ ਤੁਰਿਆ ਹੁੰਦਾ ਜੰਗ ਹਿੰਦੂ ਪੰਜਾਬ ਦਾ ਹੋਣ ਲੱਗਾ ਜੁੱਟੇ ਸੂਰਮੇ ਵਿੱਚ ਸਧਰਾ ਵੇਖੋ ਦਗੇਬਾਜ਼ ਫਰੇਬੀਆਂ ਅਫਸਰਾਂ ਨੇ ਦਿੱਤੇ ਹੋਰ ਹੀ ਚੰਦ ਚੜ੍ਹਾ ਵੇਖੋ ਬੰਦੇ ਭੇਜ ਕੇ ਦੱਸਦੇ ਗੋਰਿਆਂ ਨੂੰ ਸਾਰੇ ਕਿਲੇ ਦੇ ਢੰਗ ਤੇ ਦਾ ਵੇਖੋ ਸਰਬਜੀਤ ਦੇ ਤੋਪਾਂ ਦੇ ਗੋਲਿਆਂ ਨੇ ਦਿੱਤੀ ਪਲਾਂ ਵਿੱਚ ਕੰਧ ਉਡਾ ਵੇਖੋ ਸਵੇਰੇ 6:30 ਵਜੇ ਤੋਪਾਂ ਦੇ ਗੋਲੇ ਸਿੱਖਾਂ ਦੀ ਦੁਖਦੀ ਹੋਈ ਰੰਗ ਤੇ ਦੱਖਣ ਵਾਲੀ ਬਾਈ ਜਿਹੜੀ ਕਮਜ਼ੋਰ ਸੀ ਉਹਦੇ ਉੱਤੇ ਵੱਜੇ 3:30 ਵਜੇ ਗੋਲਿਆਂ ਵੱਜਣ ਦੇ ਨਾਲ ਇਹ ਕੰਧ ਡੁੱਬੀ ਜੀ ਨੂੰ ਉਸਾਰਨਾ ਨਾਮੁਮਕਿਨ ਸੀ ਅਖੀਰ ਕੂਹ ਤਲਵਾਰਾਂ ਗੁਰੂ ਕਾ ਖਾਲਸਾ ਮੈਦਾਨੇ ਜੰਗ ਵਿੱਚ ਆਇਆ ਦੁਪਹਿਰ ਵੇਲੇ ਜਦੋਂ ਤੇਜਾ ਸਿੰਘ ਨੇ ਵੇਖਿਆ ਅਸੀਂ 2 ਤੋਪਾਂ ਜਿਹੜੀਆਂ ਅੰਗਰੇਜ਼ਾਂ ਦੀਆਂ ਖੋਹੀਆਂ ਸਨ ਉਹਨਾਂ ਨੇ ਵਾਪਸ ਸਾਡੇ ਤੋਂ ਖੋਹ ਲਈਆਂ ਨੇ ਤੇਜਾ ਸਿੰਘ ਨੇ ਇਸ ਗੱਲ ਦਾ ਫਾਇਦਾ ਉਠਾਇਆ ਤੇ ਮੈਦਾਨੇ ਜੰਗ ਵਿੱਚੋਂ ਫਰਾਰ ਹੋ ਗਿਆ ਕਹਿਣ ਲੱਗਾ ਸਿੱਖੋ ਅਸੀਂ ਹਾਰ ਗਏ
ਉਸ ਵੇਲੇ ਸਰਦਾਰ ਸ਼ਾਮ ਸਿੰਘ ਅਟਾਰੀ ਘੋੜੀਆਂ ਉੱਤੇ ਸਵਾਰ ਹੋ ਕੇ ਨੰਦਾ ਨੇ ਜੰਗ ਵਿੱਚ ਆਇਆ। ਲੜਦਾ ਹੋਇਆ ਸਰਦਾਰ ਸ਼ਾਮ ਸਿੰਘ ਅਟਾਰੀ ਨਾਲੇ ਅੰਗਰੇਜ਼ਾਂ ਦੇ ਦੰਦ ਖੱਟੇ ਕਰ ਗਿਆ, ਨਾਲੇ ਆਪਣੇ ਕੀਤੇ ਹੋਏ ਪਰਾਂ ਨੂੰ ਇਹ ਬਸ ਸਿਰੇ ਚਾੜੀ। ਸਲਾਮੀ ਦੇਣ ਦਾ ਨਿਰਣਾ ਲਿਆ ਗਿਆ। ਸ਼ਾਹੀ ਸਵਾਗਤ ਦੇ ਨਾਲ
ਸਭਰਾਵਾਂ ਵਾਲੇ ਮੈਦਾਨ ਦੇ ਵਿੱਚੋਂ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲੋਹ ਚੁਣ ਚੁੱਕਿਆ ਗਿਆ। ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲੋਹ ਅਟਾਰੀ ਪਹੁੰਚਾਈ ਗਈ। ਅੰਗਰੇਜ਼ ਪਹੁੰਚੇ ਨੇ, ਸਰਦਾਰ ਸ਼ਾਮ ਸਿੰਘ ਅਟਾਰੀ ਦੇ ਸੰਸਕਾਰ ਵੇਲੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ, ਅੰਗਰੇਜ਼ਾਂ ਨੇ ਸਲਾਮੀ ਦਿੱਤੀ। ਇਹ ਇਤਿਹਾਸ ਦੀ ਪਹਿਲੀ ਘਟਨਾ ਕਿਸੇ ਹਾਰੇ ਹੋਏ ਜਰਨੈਲ ਨੂੰ, ਕਿਸੇ ਹਾਰੇ ਹੋਏ ਜਰਨੈਲ ਨੂੰ ਜਿੱਤੇ ਹੋਏ ਜਰਨੈਲਾਂ ਨੇ ਸਲਾਮੀ ਦਿੱਤੀ ਹੋਵੇ ਤੇ ਸ਼ਾਹੀ ਸਨਮਾਨਾਂ ਦੇ ਨਾਲ ਉਹਦਾ ਸਤਿਕਾਰ ਸੰਸਕਾਰ ਕੀਤਾ ਹੋਵੇ। ਇਹ ਆ ਵਫਾਦਾਰੀ ਦੀ ਜਿਉਂਦੀ ਜਾਗਦੀ ਤੇ ਪ੍ਰਤੱਖ ਇਤਿਹਾਸ ਦੀ ਮਿਸਾਲ ਸਰਦਾਰ ਸ਼ਾਮ ਸਿੰਘ ਅਟਾਰੀ। ਮੈਂ ਮੁੰਬਈ ਕਈ ਵਾਰੀ ਗਿਆ, ਉੱਥੇ ਛਤਰਪਤੀ ਸ਼ਿਵਾਜੀ ਰਾਓ ਦਾ ਬਣਿਆ ਹੋਇਆ ਮਿਊਜ਼ੀਅਮ ਦੇਖਿਆ, ਜਿਹਦੇ ਵਿੱਚੋਂ ਵੇਖਦਿਆਂ ਸਾਰ ਮੇਰੇ ਦਿਲ ਵਿੱਚ ਹੌਕਾ ਨਿਕਲਿਆ। ਇੱਦਾਂ ਦਾ ਇੱਕ ਮਿਊਜ਼ੀਅਮ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਨਾਂ ਦਾ ਅਟਾਰੀ ਵਿੱਚ ਹੋਣਾ ਚਾਹੀਦਾ ਸੀ। ਮਰਾਠੇ ਨੇ ਕੀ ਕੀਤਾ ਅਸੀਂ ਸਾਰੇ ਜਾਣਦੇ, ਅਖੀਰ ਉਹਨੇ ਮੁਗਲਾਂ ਦੀ ਈਨ ਕਬੂਲ ਲਈ, ਪਰ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਈਨ ਨਹੀਂ ਕਬੂਲੀ, ਮਰਦਾਂ ਵਾਂਗੂ ਸ਼ਹੀਦ ਹੋਇਆ। ਇਤਿਹਾਸ ਦਾ ਜਦੋਂ ਮੁਤਾਲਿਆ ਕਰਾਂਗੇ, ਅਧਿਐਨ ਕਰਾਂਗੇ, ਸਾਨੂੰ ਪਤਾ ਲੱਗੇਗਾ ਬਹਾਦਰ ਕੌਣ ਹੈ, ਕਮਜ਼ੋਰ ਕੌਣ ਹੈ। ਪਰ ਅਸੀਂ ਆਪਣੇ ਬਹਾਦਰਾਂ ਦੀ ਕਦਰ ਨਹੀਂ ਕੀਤੀ, ਇਸੇ ਕਰਕੇ ਅੱਜ ਅਸੀਂ ਆਪਸ ਵਿੱਚ ਲੜਾਈਆਂ ਝਗੜਿਆਂ ਦੇ ਵਿੱਚ ਰੁੱਝ ਕੇ ਆਪਣੀ ਕੌਮ ਨੂੰ ਗਿਰਾਵਟ ਵਾਲੇ ਨਿਵਾਣ ਵਾਲੇ ਪਾਸੇ ਲਿਜਾ ਰਹੇ ਹਾਂ। ਇਸ ਗੱਲ ਦੇ ਉੱਤੇ ਜ਼ਰਾ ਚਿੰਤਾ ਪ੍ਰਗਟ ਕਰਨੀ ਜੀ, ਇਤਿਹਾਸ ਦੇ ਇਹਨਾਂ ਅੱਖਰਾਂ ਤੋਂ, ਇਤਿਹਾਸ ਦੇ ਇਹਨਾਂ ਸਤਰਾਂ ਤੋਂ ਸਾਨੂੰ ਸਿੱਖਿਆ ਮਿਲਦੀ, ਸਾਡੇ ਵਿੱਚ ਆਏ ਹੋਏ ਗੁਰਦਾਰਾਂ ਨੂੰ ਪਛਾਣੀਏ, ਅਸੀਂ ਆਪਸ ਵਿੱਚ ਸਿਰ ਜੋੜ ਕੇ ਇੱਕ ਦੂਜੇ ਦੇ ਨਾਲ ਮਿਲ ਬੈਠ ਕੇ ਜਦੋਂ ਬਹਿ ਕੇ ਵਿਚਾਰਾ ਕਰੇਗਾ, ਦੁਨੀਆ ਦੀ ਕੋਈ ਤਾਕਤ ਸਾਡਾ ਮੁਕਾਬਲਾ ਨਹੀਂ ਕਰ ਸਕਦੀ। ਮੈਂ ਸਮੁੱਚੀ ਮੈਨੇਜਮੈਂਟ ਕਮੇਟੀ ਦਾ, ਜਿਨ੍ਹਾਂ ਦੇ ਹੁਕਮ ਦੇ ਨਾਲ ਪੂਰਾ ਇੱਕ ਹਫ਼ਤਾ ਆਪਦੀ ਰੱਬ ਵਰਗੀਆਂ ਸੰਗਤਾਂ ਦੀ ਸੇਵਾ ਕੀਤੀ ਹੈ, ਮੈਂ ਸਮੁੱਚੀ ਮੈਨੇਜਮੈਂਟ ਕਮੇਟੀ ਦਾ, ਸਾਰੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇੱਕ ਇੱਕ ਦਾ ਨਾਮ ਲਵਾਂਗਾ, ਸਮਾਂ ਵਧੇਰੇ ਲੱਗ ਜਾਏਗਾ। ਮੈਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦੀ, ਰੱਬ ਵਰਗੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਧੰਨਵਾਦੀ, ਜਿਨ੍ਹਾਂ ਨੇ ਅੱਠੇ ਦਿਨ ਬੜਾ ਮਾਣ ਦਿੱਤਾ, ਬੜਾ ਸਤਿਕਾਰ ਦਿੱਤਾ ਹੈ। ਮੈਂ ਇਤਿਹਾਸ ਬਿਆਨ ਕਰਦਿਆਂ, ਜੇ ਕੋਈ ਇਤਿਹਾਸਕ ਗਲਤੀ ਕਰ ਗਿਆ ਹੋਵਾਂ, ਨਜ਼ਰਅੰਦਾਜ਼ ਨਾ ਕਰਨੀ, ਮੇਰੇ ਧਿਆਨ ਗੁਰਤਰੀ ਕਰਨੀ, ਮੇਰੇ ਹਰ ਥਾਂ ਮੇਰੀ ਬੇਨਤੀ ਹੁੰਦੀ, ਤਾਂ ਕਿ ਮੈਂ ਉਹ ਗਲਤੀ ਦੁਬਾਰਾ ਦੂਜੀ ਸਟੇਜ 'ਤੇ ਨਾ ਕਰਾਂ। ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦੀ ਹੋਵਾਂਗਾ, ਧੰਨਵਾਦੀ ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸਰਵਣ ਸਿੰਘ ਜੀ, ਨਿਹੰਗ ਸਿੰਘ ਸਾਹਿਬ, ਜਿਨ੍ਹਾਂ ਵੱਲੋਂ ਬੜਾ ਪਿਆਰ ਮਾਣ ਸਤਿਕਾਰ, ਬੱਚਿਆਂ ਵਰਗਾ ਮਾਣ ਸਨਮਾਨ ਉਹਨਾਂ ਵੱਲੋਂ ਮਿਲਿਆ, ਮੈਂ ਉਹਨਾਂ ਨੂੰ ਅੰਦਾ ਦਿੱਤਾ ਜ਼ਰੂਰ ਧੰਨਵਾਦੀ ਹਾਂ। ਸਮੁੱਚੇ ਹੀ ਪ੍ਰਬੰਧਕ ਵੀਰਾਂ ਦਾ ਤੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਹੋਇਆ, ਦਾਸ ਬਲਦੇਵ ਸਿੰਘ ਸਭਰਾਵਾਂ ਵਾਲੇ ਦਾ ਪੀਸ਼ਰੀ ਜਥਾ, ਨਰਲੇਵ ਸਿੰਘ ਗੋਪਾ ਰਾਏ, ਗੁਰਦੇਵ ਸਿੰਘ, ਦਿਲਬਾਗ ਸਿੰਘ ਸਭਰਾਵਾਂ ਵਾਲਿਆਂ ਦੇ ਨਾਲ ਫਤਿਹ ਬੁਲਾਓ ਤੇ ਆਪਣੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।